ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅਖੀਰਲੇ ਇਸ਼ੂ ਬਾਰੇ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ, ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਮੈਸੇਜਸ ਪਹਿਲਾਂ ਲੈ ਲੈਂਦਾ ਜੇ ਜੀ ਵਕਤ ਬਚਿਆ ਤਾਂ, ਮੈਂ ਫਿਰ ਜਾਵਾਂਗਾ ਥਰਡ ਇਸ਼ੂ ਵੱਲ। ਜੀ ਵੀਰ ਅਮਰਜੀਤ ਸਿੰਘ ਅੱਜ ਲਿਖਦੇ ਨੇ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਏਸ਼ੀਆ ਪੈਸੀਫਿਕ ਟੂ ਮਿਡਲ ਈਸਟ ਟੂ ਯੂਰਪ ਪਲੱਸ ਸੀ ਆਈਲੈਂਡ, ਨੋਟ ਸ਼ੋਰ ਅਬਾਊਟ ਨੋਰਥ ਕੋਰੀਆ ਕੈਨ ਹਾਰਮ USA ਬਟ ਚਾਈਨਾ ਕੈਨ, ਕੰਟਰੀਜ਼ ਇਨ ਏਸ਼ੀਆ ਨੀਡ ਟੂ ਬੀ ਮੋਰ ਵਿਜੀਲੈਂਟ, ਇਟਸ ਏ ਨੈਗੋਸ਼ੀਏਟਿੰਗ ਟੈਕਟਿਕ ਫਾਰ ਇਕਨੋਮਿਕ ਸਿਕਿਉਰਿਟੀ ਔਨ ਬਲੱਡ ਆਫ ਇਨੋਸੈਂਟ ਪੀਪਲ। ਬੜੀ ਖੂਬਸੂਰਤ ਗੱਲ ਉਹਨਾਂ ਨੇ ਕਹੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਰੀਨੈਗੋਸ਼ੀਏਟ ਕਰਨਾ ਚਾਹੁੰਦਾ ਹੈ ਸਾਰੀਆਂ ਡੀਲਸ, ਟ੍ਰੇਡ ਡੀਲਸ, ਜੇ ਉਹ ਚਾਈਨਾ ਦੇ ਉੱਤੇ ਪ੍ਰੈਸ਼ਰ ਬਿਲਡ ਕਰਨ ਲਈ, ਕਿਉਂਕਿ ਚਾਈਨਾ ਨੌਰਥ ਕੋਰੀਆ ਦਾ ਸਟੇਟਸ ਇਵੇਂ ਹੀ ਹੈ ਜੋ ਅਮਰੀਕਾ ਕੈਨੇਡਾ ਦਾ, ਉਹਨਾਂ ਦਾ ਬੈਕਯਾਰਡ ਜਿਵੇਂ ਹੁੰਦਾ, ਔਰ ਜ਼ਾਹਰ ਹੈ ਵੀ ਜਿਉਂ ਜਿਉਂ ਅਮਰੀਕਾ ਨੇ ਆਪਣਾ ਹੁਣ ਥਰਡ ਮਿਸਲ ਔਰ ਦੂਸਰਾ ਦੀ ਗੱਲ ਕੀਤੀ ਹੈ, ਚਾਈਨਾ ਨੇ ਅਪੋਜ਼ ਕਿ ਇਹਨਾਂ ਨੇ ਕਿਹਾ ਜੀ ਅਸੀਂ ਸਾਰਾ ਸਾਊਥ ਕੋਰੀਆ ਕਵਰ ਕਰ ਲਿਆ। ਸੋ ਜ਼ਾਹਰ ਹੈ ਵੀ ਨੌਰਥ ਕੋਰੀਆ ਤਾਂ ਬਿਲਕੁਲ ਠੀਕ ਹੈ, ਇਹਨਾਂ ਨੇ ਵੀ ਕਿੰਨਾ ਖਾਮ ਕਰੇਗਾ, ਪਰ ਜੇ ਇਹ ਕਿਸੇ ਤਰੀਕੇ ਨਾਲ ਜਿਵੇਂ ਇੰਡੀਆ ਨੂੰ ਵੀ ਇਹਨਾਂ ਨੇ ਆਪਣਾ ਸ਼ੋਅ ਬੋਏ ਬਣਾਇਆ ਹੋਇਆ ਅਮਰੀਕਨਾਂ ਨੇ, ਜੇ ਫਲੇਅਰ ਅਪ ਹੁੰਦਾ ਫਿਰ ਇਹ ਸਾਰੇ ਹੀ ਏਸ਼ੀਆ ਨੂੰ ਉਸ ਖਿੱਤੇ ਦੇ ਵਿੱਚ ਤਬਾਹੀ ਦਾ ਵਾਇਸ ਹੋਏਗਾ। ਵੀਰ ਜਗਜੀਤ ਸਿੰਘ ਅਰਚਾ ਲਿਖਦੇ ਨੇ, ਡਾਕਟਰ ਸਾਹਿਬ ਜੀ ਵਾਜੀ ਕਾ ਖਾਲਸਾ ਵਾਜੀ ਕੀ ਫਤਿਹ, ਕਾਇੰਡਲੀ ਸ਼ੇਅਰ ਅਬਾਊਟ ਦਾ ਟਾਈਪ ਆਫ ਗਵਰਨਮੈਂਟ ਇਜ਼ ਐਨਵਿਸੇਜਡ ਇਨ ਦਾ ਪ੍ਰਪੋਜ਼ਡ ਖਾਲਿਸਤਾਨ। ਗਰਚਾ ਸਾਹਿਬ, ਅਸੀਂ ਮੂਲ ਤੌਰ 'ਤੇ ਜਦੋਂ ਖਾਲਿਸਤਾਨ ਡੈਕਲਰੇਸ਼ਨ ਡਿਸਕਸ ਕੀਤੀ ਉਹਦੇ 'ਚ ਹੀ ਹੈ ਜੋ ਜਿੰਨਾ ਕੁ ਮੈਂ ਦੱਸ ਸਕਿਆ, ਬਾਕੀ ਇਹ ਮੁਲਕ ਦੇ ਲੋਕ ਡਿਸਾਈਡ ਕਰਦੇ ਹੁੰਦੇ ਨੇ। ਜ਼ਾਹਰ ਹੈ ਡੈਮੋਕ੍ਰੇਸੀ ਇੱਕ ਫੋਰਮ ਹੈ, ਇਹਦੀਆਂ ਆਪਣੀਆਂ ਇਲਜ਼ ਵੀ ਨੇ। ਸੋ ਜ਼ਾਹਰ ਹੈ ਕਿ ਵੀ ਜਿਹੜਾ ਤਰਜ਼ੇ ਹਕੂਮਤ ਹੈ, ਜਿਹੜੀ ਖਾਲਿਸਤਾਨ ਡੈਕਲਰੇਸ਼ਨ ਹੈ, ਉਹਦੇ 'ਤੇ ਬੇਸਡ ਅਸੀਂ ਦੋ ਸੈਗਮੈਂਟ ਕੀਤੇ ਨੇ। ਮੇਰਾ ਖਿਆਲ ਹੈ ਤੁਸੀਂ ਜੇ ਨਹੀਂ ਸੁਣ ਸਕੇ ਹੋਵੋਗੇ ਤਾਂ ਫਿਰ ਉਹਨਾਂ ਨੂੰ ਤੁਸੀਂ ਸੁਣ ਲੈਣਾ। ਕੋਈ ਸਪੈਸੀਫਿਕ ਉਸ ਤਰਜ਼ੇ ਹਕੂਮਤ 'ਚ ਕੋਈ ਸਵਾਲ ਹੋਏ ਤਾਂ ਉਹ ਮੈਂ ਜ਼ਰੂਰ ਆਨਸਰ ਕਰਾਂਗਾ। ਬਾਕੀ ਸਾਡੇ ਮਿਹਰਬਾਨ ਦੋ ਦੀਪਕ ਗੁਲੇਰੀਆ ਔਰ ਵਿੱਕੀ ਚਾਲ, ਉਹ ਸਾਨੂੰ ਪਾਗਲਖਾਨੇ ਭੇਜਣ ਦੀ ਕਰਦੇ ਤਿਆਰੀ ਕਰ ਰਹੇ ਨੇ, ਰਿਕਮੈਂਡੇਸ਼ਨ ਕਰ ਰਹੇ ਨੇ, ਅਤੇ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਇਹਨਾਂ ਵੀਰਾਂ ਦੀ ਨੀਂਦ ਉੱਡ ਜਾਏ ਅਤੇ ਸਮਝੋ ਕਿ ਵੀ ਗੱਲ ਜਿਹੜੀ ਹੈ ਉਹ ਠੀਕ ਹੈ। ਠੀਕ ਹੈ। ਵੀਰ ਸਤਪਾਲ ਸਿੰਘ ਪੁਰੇਵਾਲ, ਗੁਰਫਤਿਹ ਜੀ, ਉਹ ਮਹਿਬੂਬ ਹੁਸੈਨ ਜਮੀਲ, ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਇੰਡੀਆ ਮੁਰਦਾਬਾਦ, ਸ਼ੁਕਰੀਆ ਜਮੀਲ ਸਾਹਿਬ, ਨਿੰਦਰ ਸਿੰਘ, ਅਮਨਦੀਪ ਸਿੰਘ, ਜਸਪ੍ਰੀਤ ਸਿੰਘ, ਜੱਸੀ ਧਨੋਆ, ਕਸ਼ਮੀਰ ਵਿਰਕ, ਨਜੀਬੁਰਰਹਿਮਾਨ ਭੱਟ, ਨਜੀਬੁਰਰਹਿਮਾਨ ਭੱਟ ਫਿਰ ਉਹਨਾਂ ਨੇ ਗੁੱਡ ਡਿਸਕਸ਼ਨ, ਰਘਬੀਰ ਸਿੰਘ ਅਗੇਨ, ਨਰਿੰਦਰ ਸਿੰਘ ਪੰਗਲੀਆ, ਯੈਸ, ਥੈਂਕਸ ਫੋਰ ਯੂਰ ਸਰਵਿਸ ਟੂ ਅਵਰ ਕਮਿਊਨਿਟੀ ਡਾਟ ਸਾਹਿਬ, ਬਹੁਤ ਸ਼ੁਕਰੀਆ। ਤਰਨਦੀਪ ਸਿੰਘ, ਉਹਨੇ ਫਤਿਹ ਬੁਲਾਈ ਹੈ। ਵੀਰ ਹਰਮੇਲ ਸਿੰਘ ਲਿਖਦੇ ਨੇ, ਇਨਸਾਨੀ ਤੌਰ 'ਤੇ ਮੈਨੂੰ ਫੌਜੀ ਦੀ ਮੌਤ ਦਾ ਦੁੱਖ ਹੈ, ਪਰ ਮੈਂ ਕਸ਼ਮੀਰ ਦੇ ਆਜ਼ਾਦੀ ਪਸੰਦ ਲੋਕਾਂ ਨਾਲ ਹਾਂ, ਭਾਰਤ ਨਾਲ ਨਹੀਂ। ਆਪਣੀ ਆਜ਼ਾਦੀ ਲਈ ਲੜਨ ਵਾਲੇ ਸ਼ਹੀਦ ਹੁੰਦੇ ਹਨ, ਜੇ ਇਹ ਫੌਜੀ ਪੰਜਾਬ ਵਿੱਚ ਹੁੰਦਾ ਤਾਂ ਕਿਹੜਾ ਇਹਨਾਂ ਨੇ ਸਿੱਖਾਂ ਨਾਲ ਘੱਟ ਕਰਨੀ ਸੀ? ਤਨਖਾਹਾਂ ਲੈ ਕੇ ਆਪਣੀ ਨੌਕਰੀ ਕਰਕੇ ਨਿਰਦੋਸ਼ਾਂ ਨੂੰ ਮਾਰਨ ਵਾਲੇ ਇਹਨਾਂ ਲੋਕਾਂ ਨੂੰ ਮੈਂ ਸ਼ਹੀਦ ਨਹੀਂ ਮੰਨਦਾ। ਦੇਖੋ, ਇਹ ਬਿਲਕੁਲ ਇਹਨਾਂ ਦਾ ਠੀਕ ਪਰਸਪੈਕਟਿਵ ਹੈ, ਔਰ ਅਨਫੋਰਚੁਨੇਟਲੀ ਜਿਹੜਾ ਮਰਨ ਵਾਲਾ ਹਿੰਦੂ ਹੋਏ, ਸਿੱਖ ਹੋਏ, ਮੁਸਲਮਾਨ ਹੋਏ, ਫੌਜ ਤੋਂ ਇਹਨਾਂ ਨੇ 70 ਸਾਲਾਂ ਦੇ ਵਿੱਚ ਬਹੁਤ ਜ਼ੁਲਮ ਕਰਵਾਏ ਨੇ ਇੰਡੀਅਨ ਰਜੀਮ ਨੇ। ਨੌਰਥ ਈਸਟ ਦੇ ਵਿੱਚ ਜੋ ਨਾਗਾਲੈਂਡ, ਮਨੀਪੁਰ, ਤ੍ਰਿਪੁਰਾ ਜੋ ਕਰਦੇ ਰਹੇ ਨੇ, ਪੰਜਾਬ ਦੇ ਵਿੱਚ ਇਹੀ ਫੌਜ, ਉਹੀ KP ਗਿੱਲ,
ਉਹੀ ਰਣਜੀਤ ਦਿਆਲ ਬਰਾੜ ਫੌਜ ਦੇ ਲੈਫਟੀਨੈਂਟ ਜਨਰਲ ਮੇਜਰ ਜਨਰਲ ਲਿਆ ਕੇ ਲਾਏ ਔਰ ਕੀ ਦਰਬਾਰ ਸਾਹਿਬ ਜਿਹੜਾ ਸਾਡਾ ਸਭ ਤੋਂ ਮੁਕੱਦਸ ਥਾਂ ਹੈ ਉਹਨੂੰ ਵੀ ਟਾਰਗੇਟ ਕਰਵਾਇਆ ਔਰ ਇਹੀ ਕੁਛ ਅੱਜ ਕਸ਼ਮੀਰ ਦੇ ਵਿੱਚ ਝਾਰਖੰਡ ਛੱਤੀਸਗੜ੍ਹ 'ਚ ਕਰ ਰਹੇ ਨੇ। ਸੋ ਜ਼ਾਹਰ ਹੈ ਕਿ ਵੀ ਇਹ ਕੋਈ ਵੀ ਲੋਸ ਆਫ ਲਾਈਫ ਜਿਹੜਾ ਹੈ ਉਹਨੂੰ ਕੋਈ ਵੀ ਜਿਹੜਾ ਉਹ ਕਦੇ ਇਹ ਨਹੀਂ ਹੈ ਕਿ ਕਿਸੇ ਨੂੰ ਕੋਈ ਖੁਸ਼ੀ ਹੁੰਦੀ ਹੋਵੇ, ਪਰ ਜ਼ਾਹਰ ਹੈ ਵੀ ਇਹ ਜਦੋਂ ਤੁਸੀਂ ਕਿਸੇ ਦੀ ਵੈਸੇ ਹੀ ਤਿੱਗ ਵਡਾਣੀ ਚਾਕਰੀ ਨੌਕਰੀ ਵੈਸੇ ਹੀ ਮਾੜੀ ਹੁੰਦੀ ਹੈ ਅਤੇ ਜੇ ਤੁਸੀਂ ਕਿਸੇ ਦੇ ਕਹਿਣ 'ਤੇ ਟਰਿਗਰ 'ਤੇ ਹੱਥ ਰੱਖਣਾ ਘੋੜੇ 'ਤੇ ਤਾਂ ਫਿਰ ਉਹਦੇ ਕੋਨਸੀਕੁਐਂਸਿਸ ਵੀ ਤੁਹਾਨੂੰ ਭੁਗਤਣੇ ਪੈਂਦੇ ਨੇ। ਸਰਟਨਲੀ ਹਿਊਮਨ ਫੈਕਟਰ ਜਦੋਂ ਤੁਸੀਂ ਵਾਈਵਸ ਬੱਚੇ ਬੱਚੀਆਂ ਨੂੰ ਦੇਖਦੇ ਹੋ ਉਹ ਇਨਸਾਨੀ ਫੈਕਟਰ ਜਿਹੜਾ ਉਹ ਤੁਹਾਨੂੰ ਟੱਚ ਕਰਦਾ, ਪਰ ਕੁੱਲ ਬੜਾ ਕੇ ਇਹ ਜਿਹੜੇ ਨੇ ਜਿਵੇਂ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਵੀ ਮਰਸਨਰੀ ਨੇ ਜਿਹੜੇ ਕਿ ਉਹਨਾਂ ਦੇ ਲਈ ਆਪਣਾ ਜੀਵਨ ਨੂੰ ਤੋਰਨ ਦੇ ਲਈ ਜਿਹਨੂੰ ਕਹਿੰਦੇ ਨੇ ਵੀ ਪਾਪੀ ਪੇਟਕਾ ਮਾਮਲਾ ਹੈ ਪਿਆਰੇ, ਵੀਰ ਜਸਵਿੰਦਰ ਸਿੰਘ ਹੋਰਾਂ ਨੇ ਉਹੀ ਲਿਖਿਆ ਜਿਹੜਾ ਮੈਂ ਆਲਰੇਡੀ ਜਦੋਂ ਨਵੇਂ ਪ੍ਰੋਗਰਾਮਾਂ ਦੀ ਅਨਾਊਂਸਮੈਂਟ ਕੀਤੀ ਤਾਂ ਮੈਂ ਕਿਹਾ ਸੀ ਆਪਣਾ ਕੰਸਰਨ ਵੀ ਦਿੱਤਾ ਸੀ, ਪਰ ਸਾਡੇ ਲਈ ਇਹ ਇੱਕ ਕਾਇੰਡ ਆਫ ਐਕਸਪੈਰੀ ਇਹਨਾਂ ਨੇ ਕਿਹਾ ਡਾਕਟਰ ਅਮਰਜੀਤ ਸਿੰਘ ਜੀ ਅਸੀਂ ਤੁਹਾਡੇ ਖਾਲਿਸਤਾਨ ਪ੍ਰਤੀ ਵਿਚਾਰਾਂ ਦੀ ਕਦਰ ਕਰਦੇ ਹਾਂ, ਬਹੁਤ ਵਧੀਆ ਕਾਰਜ ਕਰ ਰਹੇ ਹੋ, ਪਰ ਇੱਕ ਬੇਨਤੀ ਹੈ ਜ਼ਰੂਰੀ ਕਿ ਤੁਹਾਡੇ ਇਸ ਲਾਈਵ ਪ੍ਰੋਗਰਾਮ ਤੋਂ ਪਹਿਲਾਂ ਤੁਹਾਡੇ ਚੈਨਲ TV84 ਉੱਤੇ ਨਿਊਜ਼ ਦੇਖ ਰਿਹਾ ਸੀ ਜਿਸ ਵਿੱਚ ਕਸ਼ਮੀਰ 'ਚ ਮਰੇ ਭਾਰਤੀ ਫੌਜੀ ਨੂੰ ਸ਼ਹੀਦ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਸੀ। ਕਿਰਪਾ ਕਰਕੇ ਇਸ ਵਿਸ਼ੇ ਵੱਲ ਵੀ ਧਿਆਨ ਦਿਓ, ਹਿੰਦੁਸਤਾਨ ਲਈ ਮਰਨ ਵਾਲੇ ਫੌਜੀ ਸਾਡੇ ਲਈ ਸ਼ਹੀਦ ਕਿਵੇਂ ਹੋ ਸਕਦੇ ਹਨ, ਜੇ ਉਹ ਫੌਜੀ ਪੰਜਾਬ 'ਚ ਹੋਣ ਇਹਨਾਂ ਨੇ ਉਹ ਕੁਝ ਸਾਡੇ ਖਿਲਾਫ਼ ਕਰਨਾ ਜੋ ਕਸ਼ਮੀਰ 'ਚ ਕਰ ਰਹੇ ਨੇ। ਸੋ ਮੈਂ ਜਿਵੇਂ ਜੇ ਉਹਨਾਂ ਨੇ ਸੈਗਮੈਂਟ ਉਹ ਨਾ ਸੁਣਿਆ ਹੋਏ ਮੈਂ ਦੱਸਿਆ ਸੀ ਵੀ ਇਹ ਸਾਡੀ ਨਵੀਂ ਐਡੀਸ਼ਨ ਹੈ ਪ੍ਰੋਗਰਾਮਾਂ 'ਚ ਇਸ ਮੰਗ ਦੇ ਉੱਤੇ ਵੀ ਕਿ ਭਾਈ ਉੱਥੋਂ ਦਾ ਪਰਸਪੈਕਟਿਵ ਕੀ ਹੈ ਜੀ, ਔਰ ਜ਼ਾਹਰ ਹੈ ਵੀ ਅਸੀਂ ਕੋਈ ਇਹਦੇ ਨਾਲ ਸਹਿਮਤੀ ਇਹ ਪ੍ਰੋਗਰਾਮ ਐਕਸਕਲੂਸਿਵਲੀ ਉੱਥੇ ਹੀ ਤਿਆਰ ਹੁੰਦੇ ਨੇ ਤਾਂ ਉੱਥੋਂ ਦਾ ਹੀ ਸਾਰਾ ਸੈਟਅਪ ਹੈ, ਇਹਨੂੰ ਅਸੀਂ ਐਕਸਪੈਰੀਮੈਂਟਲ ਬੇਸ 'ਤੇ ਲਾਂਚ ਕੀਤਾ ਹੈ ਕੁਛ ਇਸ ਸਾਰੇ ਦਾ ਦੇਖਾਂਗੇ ਕਿ ਕਿਉਂਕਿ ਪਹਿਲੀ ਮੰਗ ਵੀ ਸਾਡੇ ਦਰਸ਼ਕਾਂ ਦੇ ਇੱਕ ਹਿੱਸੇ ਦੀ ਸੀ ਕਿ ਜੀ ਚਲੋ ਦੋ ਪ੍ਰੋਗਰਾਮ ਤੁਹਾਡੇ ਓਰੀਜਨਲ ਇੱਥੇ ਸਾਨੂੰ ਪਤਾ ਲੱਗਦਾ ਹੈ ਪਰ ਪੰਜਾਬ ਬਾਰੇ ਵੀ ਸਾਨੂੰ ਪਤਾ ਹੋਣਾ ਚਾਹੀਦਾ ਵੀ ਉੱਥੇ ਕੀ ਚੱਲ ਰਿਹਾ। ਸੋ ਸਾਡੇ ਕੋਲ ਆਪਣੇ ਰਿਸੋਰਸ ਬਹੁਤ ਘੱਟ ਨੇ ਔਰ ਜੇ ਅਸੀਂ ਉੱਥੇ ਚਾਹੀਏ ਵੀ ਤਾਂ ਸ਼ਾਇਦ ਲੰਬਾ ਵਕਤ ਆਪਰੇਟ ਨਾ ਕਰ ਸਕੀਏ, ਕੁਛ ਸਾਡੀਆਂ ਮਜਬੂਰੀਆਂ ਨੇ, ਪਰ ਇਹ ਕੋਈ ਲਾਈਨ ਔਨ ਦਾ ਸਟੋਨ ਨਹੀਂ ਹੈ। ਜੇ ਸਾਨੂੰ ਲੱਗਾ ਕਿ ਵੀ ਬਹੁਤ ਕੁਛ ਹੀ ਪਰਸਪੈਕਟਿਵ ਤੋਂ ਬਾਹਰ ਹੈ ਔਰ ਸਾਡੇ ਵਿਊਅਰਸ ਨੇ ਵੀ ਇਵੇਂ ਹੀ ਮਹਿਸੂਸ ਕੀਤਾ ਫਿਰ ਸਰਟਨਲੀ ਅਸੀਂ ਜਿਹੜਾ ਇਸ ਦੇ ਵਿੱਚ ਤਬਦੀਲੀ ਵੀ ਕਰਾਂਗੇ, ਪਰ ਹਾਲ ਦੀ ਘੜੀ ਜਸਟ ਬੇਅਰ ਵਿਦ ਅਸ ਜਿਵੇਂ ਕਿਹਾ ਜਾਂਦਾ। ਸਮਾਂ ਤਾਂ ਬਹੁਤ ਨਹੀਂ ਹੈ, ਹੁਣ ਅਸੀਂ ਗੱਲ ਕਰਕੇ ਹਟੇ ਹਾਂ ਕਿ ਵੀ ਫੌਜ ਦਾ ਜਾਂ ਸ਼ਹੀਦ ਹੈ ਨੇ ਜਾਂ ਨਹੀਂ ਨੇ ਜਾਂ ਕੀ ਪਰਸਪੈਕਟਿਵ ਹੈ ਜਿਵੇਂ ਸਾਡੇ ਵਿਊਅਰਸ ਨੇ ਲਿਖਿਆ। ਛੱਤੀਸਗੜ੍ਹ ਔਰ ਝਾਰਖੰਡ ਐਸੇ ਨੇ ਜਿੱਥੇ ਬਹੁਤ ਜ਼ੁਲਮ ਉਹਨਾਂ ਦੇ ਉੱਤੇ ਆਦਿਵਾਸੀਆਂ ਦੇ ਕਰ ਰਹੇ ਨੇ ਔਰ ਉਹਨਾਂ ਦੀ ਇੱਕ ਆਪਣਾ ਓਫੀਸ਼ੀਅਲ ਛੱਤੀਸਗੜ੍ਹ ਦੀ ਉਹਨੇ ਫੇਸਬੁੱਕ ਪੋਸਟ ਦੇ ਉੱਤੇ ਰਿਵੀਲ ਕੀਤਾ ਹੈ ਕਿ ਹੋਰੀਫਿਕ ਪੁਲਿਸ ਟੋਰਚਰ ਆਫ ਮਾਈਨਰ ਟ੍ਰਾਈਬਲ ਗਰਲਸ, ਕਿ ਜਿਹੜੀਆਂ ਛੋਟੀ ਉਮਰ ਦੀਆਂ ਬੱਚੀਆਂ ਨੇ ਉਹਨਾਂ ਆਦਿਵਾਸੀਆਂ ਨੇ ਉਹਨਾਂ 'ਤੇ ਬਹੁਤ ਜ਼ੁਲਮ ਹੋ ਰਹੇ ਨੇ। ਇਹ ਵੋਮੈਨ ਓਫੀਸ਼ੀਅਲ ਆਫ ਦਾ ਗਵਰਨਮੈਂਟ ਆਫ ਛੱਤੀਸਗੜ੍ਹ ਹੈਜ਼ ਇਰਕਡ ਦਾ ਅਥਾਰਟੀਜ਼ ਵਿਦ ਏ ਫੇਸਬੁੱਕ ਪੋਸਟ ਰੇਜ਼ਿੰਗ ਕੁਐਸਚਨਸ ਅਬਾਊਟ ਏ ਮਾਡਲ ਆਫ ਗਵਰਨੈਂਸ ਦੈਟ ਅਲਾਓਜ਼ ਫਾਰ ਅਲੈਜਡ ਹਰਾਸਮੈਂਟ ਆਫ ਟ੍ਰਾਈਬਲ ਪੀਪਲ ਇਨ ਦਾ ਸਟੇਟ। ਆਈ ਐਮ ਹੁਣ ਇਹ ਖੁਦ ਓਫੀਸ਼ੀਅਲ ਹੈ, ਆਈ ਐਮ ਏ ਵਿਟਨੈਸ ਟੂ ਦਾ ਟੋਰਚਰ ਆਫ ਮਾਈਨਰ ਟ੍ਰਾਈਬਲ ਗਰਲਸ ਇਨ ਦਾ ਪੁਲਿਸ ਸਟੇਸ਼ਨ, ਵਿਮੈਨ ਪਰਸਨਲ ਹੈਵ ਸਟ੍ਰਿਪਡ ਐਂਡ ਟੋਰਚਰਡ ਗਰਲਸ ਐਜ ਓਲਡ ਐਜ 14 and 16, ਦੇ ਵਰ ਗਿਵਨ ਇਲੈਕਟ੍ਰਿਕ ਸ਼ੌਕ ਔਨ ਦੇਅਰ ਹੈਂਡਸ ਐਂਡ ਬ੍ਰੈਸਟ, ਆਈ ਹੈਵ ਸੀਨ ਦਾ ਮਾਰਕਸ, ਆਈ ਵਾਜ਼ ਹੋਰੀਫਾਈਡ, ਵਾਈ ਥਰਡ ਡਿਗਰੀ ਟੋਰਚਰ ਔਨ ਮਾਈਨਰਸ, ਆਈ ਹੈਵ ਗਿਵਨ ਡਾਇਰੈਕਸ਼ਨਸ ਫਾਰ ਦੇਅਰ ਟ੍ਰੀਟਮੈਂਟ, ਵਰਸ਼ਾ ਡੋਂਗਰੇ
ਡੈਪਟੀ ਜੇਲਰ ਆਫ ਰਾਏਪੁਰ ਸੈਂਟਰਲ ਜੇਲ ਰੀਸੈਂਟਲੀ ਰੋਟ ਇਨ ਏ ਪੋਸਟ ਇਨ ਹਿੰਦੀ। ਹੁਣ ਇਹ ਡੈਪਟੀ ਜੇਲਰ ਹੈ, ਉਹਨੇ ਇਹ ਦੱਸ ਦਿੱਤਾ ਕਿ ਵੀ ਕੀ 14 ਤੇ 16 ਸਾਲ ਦੀਆਂ ਬੱਚੀਆਂ ਦੇ ਨਾਲ ਕਿਵੇਂ ਉਹਨਾਂ ਨੂੰ ਜਿਹੜਾ ਨਿਰਵਸਤਰ ਕਰਕੇ ਇਲੈਕਟ੍ਰਿਕ ਸ਼ੌਕ ਲਾ ਕੇ ਕਿਵੇਂ ਵੀ ਨੀਡ ਟੂ ਇੰਟਰੋਸਪੈਕਟ ਬਿਕੋਜ਼ ਦੋਜ਼ ਹੂ ਆਰ ਗੈਟਿੰਗ ਕਿਲਡ ਇਨ ਈਦਰ ਸਾਈਡ ਆਫ ਦਾ ਵਾਰ ਇਨ ਬਸਤਰ ਆਰ ਅਵਰ ਓਨ ਪੀਪਲ। ਹੁਣ ਜਦੋਂ ਮਾਰੇ ਗਏ ਪਿਛਲੇ ਪਿੱਛੇ 25, ਕਿੰਨਾ ਰੌਲਾ ਪਾਇਆ, ਮਾਰ ਦਿਓ, ਖੁੱਲ੍ਹੀ ਛੁੱਟੀ ਦੇ ਦਿਓ। ਹੁਣ ਫੌਜ ਨੂੰ ਵੀ ਕਹਿ ਰਹੇ ਨੇ, ਉਹ ਐਂਟਨੀ ਇੱਕ ਮਿਨਿਸਟਰ ਆ ਡਿਫੈਂਸ ਕਾਂਗਰਸ ਦਾ, ਖੁੱਲ੍ਹੀ ਛੁੱਟੀ ਦੇ ਦਿਓ ਫੌਜ ਨੂੰ ਕਸ਼ਮੀਰ। ਇਹੀ ਉੱਥੇ ਛੱਤੀਸਗੜ੍ਹ ਬਾਰੇ ਕਹਿੰਦੇ ਨੇ। ਹੁਣ ਇਹ ਬੀਬੀ ਕਹਿੰਦੀ ਹੈ ਦਾ ਕੈਪੀਟਲਿਸਟ ਸਿਸਟਮ ਇਜ਼ ਬੀਂਗ ਫੋਰਸਡ ਔਨ ਬਸਤਰ, ਟ੍ਰਾਈਬਲਸ ਆਰ ਬੀਂਗ ਪੁਸ਼ਡ ਆਊਟ ਆਫ ਦੇਅਰ ਲੈਂਡਸ, ਦੇਅਰ ਵਿਲੇਜਿਸ ਆਰ ਬੀਂਗ ਬਰਨਟ, ਵਿਮੈਨ ਰੇਪਡ, ਆਲ ਦਿਸ ਟੂ ਗ੍ਰੈਬ ਲੈਂਡ ਐਂਡ ਫੋਰੈਸਟ, ਆਲ ਦਿਸ ਇਜ਼ ਨੋਟ ਬੀਂਗ ਡਨ ਟੂ ਐਂਡ ਨਕਸਲਿਜ਼ਮ, ਸ਼ੀ ਐਡਿਡ। ਇਹ ਹੁਣ ਗੌਰਮੈਂਟ ਆਫੀਸ਼ੀਅਲ ਪੋਸਟ ਕਹਿ ਰਹੀ ਹੈ ਕਿ ਵੀ ਤੁਸੀਂ ਬਾਹਰਲਿਆਂ ਨੂੰ ਉਹਨਾਂ ਦੀਆਂ ਜ਼ਮੀਨਾਂ ਲੈਣ ਦੇ ਲਈ ਤੁਸੀਂ ਉਹਨਾਂ ਦੇ ਪਿੰਡ ਸਾੜ ਰਹੇ ਹੋ, ਤੁਸੀਂ ਉਹਨਾਂ ਦਾ ਜਿਹੜਾ ਉਹਨਾਂ ਦੀਆਂ ਔਰਤਾਂ ਨਾਲ ਜਿਹੜੀ ਹੈ ਉਹ ਉਹਨਾਂ ਨੂੰ ਕਰ ਰਹੇ ਹੋ, ਰੇਪ ਕਰ ਰਹੇ ਹੋ, ਉਹਨਾਂ ਦੇ ਜਿਹੜੀਆਂ ਜ਼ਮੀਨਾਂ ਖੋ ਰਹੇ ਹੋ, ਔਰ ਇਹਨੂੰ ਤੁਸੀਂ ਇਹ ਕੋਈ ਨਕਸਲਿਜ਼ਮ ਦੇ ਖਿਲਾਫ ਲੜਾਈ ਹੈ? ਨਕਸਲਿਜ਼ਮ ਕਿੱਥੋਂ ਆ ਗਿਆ? ਇਹ ਤਾਂ ਤੁਸੀਂ ਆਮ ਲੋਕਾਂ ਨੂੰ ਕਰ ਰਹੇ ਹੋ। ਕਮਿੰਗ ਇਨ ਦਾ ਵੇਕ ਆਫ ਮਾਓਇਸਟ ਅਟੈਕ ਔਨ CRPF ਆਫ ਜਵਾਨਸ ਇਨ ਸੁਖਮਾ ਡਿਸਟ੍ਰਿਕਟ ਆਫ ਸਟੇਟ, ਹਰ ਕਾਮੈਂਟਸ ਵਰ ਸ਼ੇਅਰਡ ਵਾਈਡਲੀ ਔਨ ਸੋਸ਼ਲ ਮੀਡੀਆ, ਦਾ ਜੇਲ੍ਹ ਡਿਪਾਰਟਮੈਂਟ ਹੈਜ਼ ਆਰਡਰਡ ਏ ਪ੍ਰੋਬ ਬੇਸਡ ਔਨ ਹਰ ਐਲੀਗੇਸ਼ਨ। ਹਾਲਾਂ ਜੋ ਹੀ ਉਹਨੇ ਪੋਸਟ ਕੀਤੀ ਉੱਤੇ ਇੰਨਾ ਕੁ ਦਬਾਅ ਪਾਇਆ ਵੀ ਉਹਨੇ ਪੋਸਟ ਤਾਂ ਉੱਤੋਂ ਲਾ ਦਿੱਤੀ ਹੈ। ਦਾ ਟ੍ਰਾਈਬਲਸ ਕਾਂਟ ਲੀਵ ਦਿਸ ਪਲੇਸ ਐਜ਼ ਇਟ ਇਜ਼ ਦੇਅਰ ਲੈਂਡ, ਇਹ ਉਹਦੀ ਪੋਸਟ ਹੈ ਵੀ ਉਹਨਾਂ ਨੇ ਆਪਣਾ ਇਹ ਇਲਾਕਾ ਨਹੀਂ ਛੱਡਣਾ, ਇਹ ਉਹਨਾਂ ਦਾ ਘਰ ਹੈ। ਬਟ ਵੈਨ ਲਾ ਐਨਫੋਰਸਰਸ ਟਾਰਗੇਟ ਵਿਮੈਨ ਐਂਡ ਮਾਈਨਰ ਗਰਲਸ ਐਂਡ ਫਾਲਸ ਕੇਸਿਸ ਆਰ ਰਜਿਸਟਰਡ, ਵੇਅਰ ਡੂ ਦਾ ਵਿਕਟਮਸ ਗੋ ਫਾਰ ਜਸਟਿਸ? ਉਹਨੇ ਕਿਹਾ ਜਿਹਨਾਂ ਨੇ ਲਾ ਐਨਫੋਰਸ ਕਰਨਾ ਹੈ ਉਹ ਜ਼ੁਲਮ ਕਰ ਰਹੇ ਨੇ ਬੱਚੀਆਂ ਦੇ ਉੱਤੇ, ਝੂਠੇ ਕੇਸ ਰਜਿਸਟਰ ਕਰ ਰਹੇ ਨੇ। ਸ਼ੀ ਵੈਂਟ ਔਨ, ਦਾ CBI ਰਿਪੋਰਟ ਸੇਜ਼ ਇਟ, ਦਾ ਕੋਰਟ ਸੇਜ਼ ਇਟ, ਦਿਸ ਇਜ਼ ਦਾ ਰਿਐਲਿਟੀ। ਉਹਨੇ ਕਿਹਾ CBI ਰਿਪੋਰਟ 'ਚ ਵੀ ਇਹ ਹੈ, ਅਦਾਲਤਾਂ ਨੇ ਇਹ ਕਿਹਾ, ਇਹ ਇੱਕ ਸੱਚ ਹੈ। ਵੈਨ ਹਿਊਮਨ ਰਾਈਟਸ ਵਰਕਰਸ ਔਰ ਜਰਨਲਿਸਟ ਟੈਲ ਦਾ ਟਰੂਥ, ਦੇ ਆਰ ਸੈਂਟ ਟੂ ਜੇਲ। ਉਹਨੇ ਕਿਹਾ ਜੀ ਜਦੋਂ ਕੋਈ ਵੀ ਇੱਥੇ ਮਨੁੱਖੀ ਹੱਕਾਂ ਦੀ ਗੱਲ ਕਰਦਾ ਉਹਨੂੰ ਜੇਲ੍ਹ ਭੇਜ ਦਿੰਦੇ ਨੇ। ਇਫ ਐਵਰੀਥਿੰਗ ਇਜ਼ ਫਾਈਨ ਇਨ ਟ੍ਰਾਈਬਲ ਲੈਂਡਸ, ਵਾਈ ਗਵਰਨਮੈਂਟ ਇਜ਼ ਸੋ ਅਫਰੇਡ ਐਂਡ ਵਾਈ ਪੀਪਲ ਆਰ ਨੋਟ ਅਲਾਊਡ ਟੂ ਗੋ ਦੇਅਰ? ਕਿ ਜੇ ਉੱਥੇ ਸਭ ਠੀਕ ਠਾਕ ਚੱਲ ਰਿਹਾ ਹੈ ਤਾਂ ਤੁਸੀਂ ਲੋਕਾਂ ਨੂੰ ਉੱਥੇ ਜਾਣ ਕਿਉਂ ਨਹੀਂ ਦਿੰਦੇ? ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਬਈ ਇਹ ਕਹਾਣੀ, ਹਾਲਾਂ ਇਹ ਲੰਬੀ ਚੌੜੀ ਪੋਸਟ ਹੈ, ਪਰ ਇਹ ਫਿਰ ਹੁਣ ਜਸਟੀਫਾਈ ਵੀ ਫਿਰ ਹੋ ਜਾਂਦਾ ਜੇ ਤੁਸੀਂ ਕਹਿੰਦੇ ਹੋ ਜੀ ਫੌਜੀ ਮਾਰੇ ਗਏ ਜਾਂ CRPF ਦੇ 25 ਮਾਰੇ ਗਏ, ਜਾਂ ਉਹ ਉੱਥੇ ਜਾ ਕੇ ਭਜਨ ਤਾਂ ਨਹੀਂ ਸੁਣਾਉਂਦੇ ਉਹਨਾਂ ਲੋਕਾਂ ਨੂੰ ਜੋ ਕੁਛ ਉਹਨਾਂ ਦੀਆਂ ਬੱਚੀਆਂ ਨਾਲ ਉਹਨਾਂ ਦੇ ਤੁਸੀਂ ਪਿੰਡਾਂ ਦੇ ਪਿੰਡ ਸਾੜ ਰਹੇ ਹੋ, ਫਿਰ ਤੁਸੀਂ ਕੀ ਐਕਸਪੈਕਟ ਕਰਦੇ ਹੋ? ਐਜ਼ ਯੂ ਸੋ ਸੋ ਸ਼ੈਲ ਯੂ ਰੀਪ, ਜੋ ਬੀਜੋਗੇ ਉਹ ਵੱਢੋਗੇ। ਔਰ ਹਿੰਸਾ 'ਚੋਂ ਹਿੰਸਾ ਨਿਕਲਦੀ ਹੈ, ਨਫ਼ਰਤ 'ਚੋਂ ਨਫ਼ਰਤ ਨਿਕਲਦੀ ਹੈ, ਔਰ ਇਹ ਪੋਲੀਟੀਕਲ ਇਸ਼ੂਜ਼ ਨੇ। ਕਸ਼ਮੀਰ ਦਾ ਇਸ਼ੂ ਪੋਲੀਟੀਕਲ ਹੈ, ਸਿੱਖਾਂ ਦਾ ਇਸ਼ੂ ਪੋਲੀਟੀਕਲ ਹੈ, ਨਾਗਿਆਂ ਦਾ ਜਿਹਨਾਂ ਨੂੰ ਨਕਸਲੀ ਬਣਾਇਆ ਹੋਇਆ, ਟ੍ਰਾਈਬਲ ਲੋਕ ਨੇ ਉਹਨਾਂ ਨੂੰ ਤੁਸੀਂ ਲੈਂਡਲੈਸ ਬਣਾ ਰਹੇ ਹੋ, ਸਭ ਮਲਟੀਨੈਸ਼ਨਲ ਕੰਪਨੀਆਂ ਦੇ ਹਵਾਲੇ ਕਰ ਰਹੇ ਹੋ, ਇਵੇਂ ਨਹੀਂ ਹੈ। ਔਰ ਇਹ ਅਲਟੀਮੇਟਲੀ ਇਹ ਸਿਵਲ ਵਾਰ ਵਾਲੇ ਇਹਨਾਂ ਨੇ ਪੁਸ਼ ਕਰ ਦਿੱਤਾ ਜਿਹੜੀ ਕਿ ਆਲਰੇਡੀ ਉੱਥੇ ਹੁਣ ਚੱਲ ਰਹੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਤੁਸੀਂ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ 5ਵੇਂ ਪਾਤਸ਼ਾਹ ਦਾ ਰਾਗ ਦੇਵ ਗੰਧਾਰੀ ਦਾ ਸ਼ਬਦ ਚੁਣਿਆ, ਦੇਵ ਗੰਧਾਰੀ ਮਹੱਲਾ 5ਵਾਂ। ਮਾਈ ਗੁਰਬਿਨ ਗਿਆਨ ਨਾ ਪਾਈਏ, ਅਨਕ ਪ੍ਰਕਾਰ ਫਿਲਤ ਫਿਰਤ ਬਿਲ ਲਾਤੇ, ਮਿਲਤ ਨਹੀਂ ਗੋਸਾਈਆਂ ਰਹਾਓ, ਮੋਹ ਰੋਗ ਸੋਗ ਤਨ ਬਾਂਧਿਓ, ਬਹੁ ਜੋਨੀ ਭਰਮਾਈਏ, ਟਿਕਨ ਨਾ ਪਾਵੇ ਬਿਨ ਸਤ ਸੰਗਤ, ਕਿਸ ਆਗੈ ਜਾਏ ਰੁਆਈਏ, ਕਰੈ ਅਨੁਗ੍ਰਹਿ ਸਵਾਮੀ ਮੇਰਾ, ਸਾਧ ਚਰਨ ਚਿਤ ਲਾਈਏ, ਸੰਕਟ ਘੋਰ ਕਟੇ ਖਿਨ ਪੀਤਰ,
ਨਾਨਕ ਹਰ ਦਰਸ ਸਮਾਈਏ ਜੀ। ਹੁਣ ਇਹ ਜ਼ਾਹਰ ਹੈ ਕਿ ਮੈਸੇਜ ਸੁਨੇਹਾ ਬੜਾ ਸਪਸ਼ਟ ਹੈ ਰੂਹਾਨੀ ਦੁਨੀਆ ਦਾ, ਮਾਈ ਗੁਰਬਿਨ ਗਿਆਨ ਨਾ ਪਾਈਏ। ਹੇ ਮੇਰੀ ਮਾਂ, ਗੁਰੂ ਤੋਂ ਬਿਨਾਂ ਗਿਆਨ ਸੰਭਵ ਨਹੀਂ ਹੈ, ਗਿਆਨ ਨਹੀਂ ਮਿਲ ਸਕਦਾ। ਅਨੇਕ ਪ੍ਰਕਾਰ ਫਿਰਤ ਬਿਲ ਲਾਤੇ, ਬਿਲਾਤੇ ਵਿਲਕਦੇ ਕਿ ਅਸੀਂ ਬਹੁਤ ਤੌਰ ਤਰੀਕਿਆਂ ਨਾਲ ਬਹੁਤ ਥਾਂ 'ਤੇ ਖੱਜਲ ਖੁਆਰ ਹੋ ਕੇ ਵਿਲਕਦੇ ਹਾਂ, ਮਿਲਤ ਨਹੀਂ ਗੋਸਾਈਏ। ਇੱਦਾਂ ਥਾਂ ਥਾਂ ਟੱਕਰਾਂ ਮਾਰ ਕੇ ਇੱਕ ਤਰੀਕਾ ਜਾਂ ਦੂਸਰਾ ਕਰਕੇ ਰੱਬ ਨਹੀਂ ਮਿਲ ਸਕਦਾ। ਮਾਈ ਗੁਰਬਿਨ ਗਿਆਨ ਨਾ ਪਾਈਏ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੈ। ਮੋਹ ਰੋਗ ਸੋਗ ਤਨ ਬੰਧਿਓ ਬਹੁ ਜੋਨੀ ਪਰਮਾਈਏ, ਕਿ ਇਹ ਜਿਹੜਾ ਮੋਹ ਦਾ ਰੋਗ ਹੈ, ਦੁਨੀਆਂ ਦੇ ਨਾਲ ਪਕੜ ਹੈ, ਦੁਨੀਆਂ ਦੀ ਅਸੀਂ ਗ੍ਰਿਫਤ ਫਸੇ ਹੋਏ ਹਾਂ, ਔਰ ਫਿਰ ਮਿਲਣ ਔਰ ਵਿਛੋੜਾ ਇਹ ਸੋਗ ਹੁੰਦਾ, ਖੁਸ਼ੀ ਔਰ ਸੋਗ ਦੀਆਂ ਬਿਮਾਰੀਆਂ, ਤਨ ਬੰਧਿਓ ਸਾਡੇ ਤਨ ਨੂੰ ਚੰਬੜੀਆਂ ਹੋਈਆਂ ਨੇ, ਬਹੁ ਜੋਨੀ ਭਰਮਾਈਏ, ਇਹ ਸਾਨੂੰ ਭਰਮਾਉਂਦੀਆਂ ਨੇ। ਵਾਰ ਵਾਰ ਜ਼ਿੰਦਗੀ ਮਰਨ ਦੇ ਚੱਕਰ 'ਚ ਅਸੀਂ ਪੈਂਦੇ ਹਾਂ। ਟਿਕਣ ਨਾ ਪਾਵੇ ਬਿਨ ਸਤ ਸੰਗਤ ਕਿਸ ਆਗਿਆ ਜਾਏ ਰਵਾਈਏ, ਹੁਣ ਅਸੀਂ ਕਿਸ ਦੇ ਅੱਗੇ ਜਾ ਕੇ ਰੋਣਾ? ਜੇ ਅਸੀਂ ਸਤ ਸੰਗਤ ਦਾ ਸਹਾਰਾ ਲਵਾਂਗੇ ਤਾਂ ਫਿਰ ਇਹ ਰੋਗ ਸੋਗ ਦੀਆਂ ਬਿਮਾਰੀਆਂ ਉਹਦੇ ਸਾਹਮਣੇ ਟਿਕ ਨਹੀਂ ਸਕਦੀਆਂ। ਹੋਰ ਕਿਸੇ ਅੱਗੇ ਜਿਹੜਾ ਜਾ ਕੇ ਪਿੱਠ ਸਿਆਪਾ ਕਰਨਾ ਜਾਂ ਕਿਸੇ ਅੱਗੇ ਜਾ ਕੇ ਆਪਣੀ ਵੇਦਨਾ ਦੇਣਾ, ਉਹ ਮਸਲੇ ਦਾ ਹੱਲ ਨਹੀਂ ਹੈ। ਕਰੈ ਅਨੁਗ੍ਰਹਿ ਸਵਾਮੀ ਮੇਰਾ ਸਾਧ ਚਰਨ ਚਿਤ ਲਾਈਏ। ਅਨੁਗ੍ਰਹਿ ਹੁੰਦਾ ਹੈ ਕਿਰਪਾ ਕਰਨੀ, ਬਖਸ਼ਿਸ਼ ਕਰਨੀ, ਕਿ ਮੇਰਾ ਸਵਾਮੀ ਨਿਰੰਕਾਰ ਜਦੋਂ ਕਿਰਪਾ ਦੇ ਘਰ ਵਿੱਚ ਆਉਂਦਾ, ਬਖਸ਼ਿਸ਼ ਦੇ ਘਰ 'ਚ ਆਉਂਦਾ ਹੈ, ਜਦੋਂ ਤਰੁੱਠਦਾ ਅਤੇ ਉਹ ਕੀ ਕਰਦਾ? ਤਰੁੱਠ ਕੇ ਸਾਧ ਚਰਨ ਚਿਤ ਲਾਈਏ, ਉਹ ਸਾਡੇ ਚਿੱਤ ਨੂੰ ਸਾਧੂ ਦੇ ਚਰਨਾਂ ਦੇ ਨਾਲ, ਸਤਸੰਗਤ ਦੇ ਨਾਲ, ਰੱਬ ਦੀ ਯਾਦ ਦੇ ਨਾਲ ਜੋੜ ਦਿੰਦਾ। ਸੰਕਟ ਘੋਰ ਕਟੇ ਖਿਨ ਪੀਤਰ, ਫਿਰ ਜਿਹੜਾ ਇਹ ਰੋਗ ਸੋਗ ਵਿਛੋੜਾ, ਇਹ ਸਾਰੀਆਂ ਬਿਮਾਰੀਆਂ ਚੰਗਪੜੀਆਂ ਹੋਈਆਂ ਸੀ, ਇਹ ਸਾਰੇ ਸੰਕਟ ਸਨ, ਮੁਸ਼ਕਲਾਂ ਸਨ। ਸੰਕਟ ਘੋਰ ਕਟੇ ਖਿਨ ਪੀਤਰ, ਕਿ ਉਹ ਪਲਾਂ ਦੇ ਵਿੱਚ ਉਹ ਸੰਕਟ ਜਿਹੜੇ ਨੇ, ਮੁਸ਼ਕਲਾਂ ਦੂਰ ਹੋ ਜਾਂਦੀਆਂ ਨੇ। ਨਾਨਕ ਹਰ ਦਰਸ ਸਮਾਈਏ, ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਫਿਰ ਵਾਹਿਗੁਰੂ ਦੇ ਦਰਸ਼ਨ ਵਿੱਚ ਲੀਨ ਹੋ ਜਾਈਦਾ। ਇਹੀ ਅਲਟੀਮੇਟਲੀ ਸਾਡੇ ਰੋਗਾਂ ਦਾ, ਦੁੱਖਾਂ ਦਾ, ਵਿਛੋੜੇ ਦਾ, ਮੁਸ਼ਕਲਾਂ ਦਾ ਹੱਲ ਹੈ। ਮਾਈ ਗੁਰਬਿਨ ਗਿਆਨ ਨਾ ਪਾਈਏ, ਔਰ ਇਹ ਜਦੋਂ ਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਗਿਆਨ ਆ ਜਾਂਦਾ ਤਾਂ ਫਿਰ ਹਰ ਚੀਜ਼, ਇਹ ਨਹੀਂ ਕਿ ਦੁੱਖ ਤੋਂ ਦੂਰ ਹੋ ਜਾਂਦਾ, ਫਿਰ ਕੋਈ ਸਵਰਗ ਨਰਕ ਦੀ, ਕੋਈ ਸਵਰਗ ਦੀ ਚਾਹਨਾ ਨਹੀਂ ਹੁੰਦੀ, ਕੋਈ ਨਰਕ ਦਾ ਖੌਫ ਨਹੀਂ ਹੁੰਦਾ। ਸਵਰਗ ਨਰਕ 'ਤੇ ਮੈਂ ਰਹੋ, ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਬਸੋਂ ਦਿਨ ਸਰ ਰਾਤ। ਫਿਰ ਨਾ ਸਵਰਗ ਦਾ ਚਾਅ ਹੈ, ਨਾ ਨਰਕ ਦਾ ਡਰ ਹੈ, ਸਿਰਫ ਤੇ ਸਿਰਫ ਗੁਰੂ ਦਾ ਪਿਆਰ, ਔਰ ਉਸ ਚਾਅ ਦੇ ਵਿੱਚ ਦਿਨ ਰਾਤ ਇੱਕ ਆਨੰਦ ਦੇ ਵਿੱਚ ਵਿਚਰਨਾ ਜੀ। ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਮੇਨ ਟੋਪਿਕ ਅਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਇਸ ਨਾਲ ਆਪਣੇ ਵਿਊਰਸ ਕੋਲ ਨੇ ਇਜਾਜ਼ਤ। ਵਿਊਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਅਤੇ ਸੁਝਾਅ ਸਾਨੂੰ ਭੇਜਣਾ ਪਹਿਲਾਂ ਸਾਡੇ ਇਸ ਪਤੇ 'ਤੇ SOSS@tvg4.tv 'ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਅਤੇ ਆਪਣਾ ਸੁਨਾਗਿਆ ਦਿਓ, ਦੇਖਦੇ ਰਹੋ TVAG4, ਭੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.